गया तारियां दी लोए मेरी जान या पांदोए कदे कठे नहीं हो होए हुण कठे असी होए डेढ़ घंटा हो गया। पिछले साल दे विच जिन्ना पूरा हसिया होगा ना उन्ना मैं अज कल्ला 2 घंटे दे विच हसिया जदों दे अर्श ने मैनू गड्डी दे विच बिठाया ते उस तों बाद नछत्र भाजी दे कोल आए। सत श्री अकाल, मैं सोम सहोपा ते तुसी वेख रहे हो एवन पंजाबी टीवी। दोस्तों जे आपां गायकी दी गल करिए ते निर्मल सिद्धू जिहड़े एक बहुत नामवर गायक ने और जिन्हां ने बा कमाल गीत गाए ने, बहुत खूबसूरत आवाज दे मालिक ने और नाल ही उन्हां दे 76 गिल जिहड़े कि किसे जानकारी दे मोहताज नहीं है। जे गायकी दी गल करिए ते गायकी तां इन्हां दे अंदर कुट कुट के भरी हुई है, लेकिन अज 76 गिल ते निर्मल सिद्धू दी एक वीडियो वायरल हो रही है। उस वायरल वीडियो नूं सुन के तुसी भी जिहड़े है ओह बड़े मतलब अलग तरह के रंग विच नजर आओगे, क्योंकि दोवें ही गायक किते ना किते किस तरह एक दूजे की आवाज नूं पछाणदे ने। बहुत सारियां गल्लां बातां जिहड़ियां उन्होंने आपस विच ही कीतियां होईयां ने, मैं वो पूरियां दे पूरियां गल्लां बातां तुहानूं सुनाउणा चाहुंदा। वेखदे हां ये पूरी दी पूरी वीडियो। सति श्री अकाल जी, अज बड़ी खुशी हुई है, अर्श भाजी नाल लेके आए है मेरे वड्डे भाजी, बहुत ही सुरीले, तुहानूं कदे कदे आवाज़ तो भुलेखा भी पै जाता एक दूजे के गाणियां दा कि नहीं ये भाजी का गाया हुआ, जां मैनूं पुछ दिंदे कि तुहाडा गाया हुआ, भाजी का गाया हुआ। सो बड़ी खुशी हुई है जी, भाजी ने चरण पाए है इत्थे। अगली आवाज़ जिहड़ी है वो फिर इधर भाजी वालों जरा कैमरा करो, फिर सारे इकट्ठे गल्लां करदे आ। सत श्री अकाल जी, की हाल चाल है दोस्तों, ठीक ठाक हो जी? बिल्कुल जी, अज बड़ा ही मतलब बड़भागा देना जी मेरे वास्ते। एक तो मैं ये गल दसा भी मैं मैनूं लगता पिछले साल दे विच जिन्ना पूरा हसया होगा ना उन्ना मैं अज कल्ला 2 घंटे दे विच हसया जदों दे अर्श ने मैनू गड्डी दे विच बिठाया ते उस तो बाद नछत्र भाजी दे कोल आए हैं। तो वैसे वो तरीफ मेरी इन्होंने करनी सी, पर तरीफ हुण मेरे कोल कैमरा आ गया, तरीफ मैं ज़्यादा करूँगा। उहदा कारण यह है कि नछत्र है तो मेरा छोटा वीर है पर कला दे विच बहुत ਸਾਡਾ ਪਿਆਰ ਇਹ ਹੈ ਵੀ ਅਸੀਂ ਇਕੱਠੇ ਮਤਲਬ ਬਹੁਤ ਘੱਟ ਵਾਰੀ ਹੋਏ ਹਾਂ, ਬਹੁਤ ਜ਼ਿਆਦਾ ਵਾਰੀ ਅਸੀਂ ਇਕੱਠੇ ਨਹੀਂ ਹੋਏ, ਪਰ ਲੋਕ ਸਾਨੂੰ ਇਕੱਠੇ ਕਰਕੇ ਰੱਖਦੇ ਆ। ਅਸੀਂ ਨਾ ਮਿਲੇ ਬਹੁਤ ਵਾਰੀ ਆ, ਮੈਂ ਤੇ ਭਾਜੀ ਨਾ ਅਕਸਰ ਪ੍ਰੋਗਰਾਮਾਂ ਤੇ ਜਾਂ ਕਿਤੇ ਕਈ ਵਾਰ ਵੀਜ਼ਾ ਲੈਣ ਵੀ ਇਕੱਠੇ ਜਾਂਦੇ ਅਮੈਰੀਕਨ ਅੰਬੈਸੀ, ਤੇ ਉਹ ਅੱਜ ਕੁਦਰਤੀ ਭਾਜੀ ਕੋਲ ਨੰਬਰ ਸੀ ਐਡਮਿੰਟਨ ਦਾ, ਮੈਨੂੰ ਇੰਨਾ ਤੇ ਪਤਾ ਸੀ ਕਿ ਐਡਮਿੰਟਨ ਆਏ ਹੋਏ ਆ। ਤੇ ਰਾਤ ਮੈਂ ਇੱਕ ਫੰਕਸ਼ਨ ਤੇ ਸੀਗਾ, ਉੱਥੇ ਮੈਨੂੰ ਇੱਕ ਦੋਸਤ ਮਿਲ ਗਿਆ, ਕਹਿੰਦੇ ਮੈਂ ਯਾਰ ਤੂੰ ਪਹਿਲਾਂ ਐਡਮਿੰਟਨ ਗਿਆ ਸੀ ਅਤੇ ਹੁਣ ਕਿੱਥੇ? ਮੈਂ ਕਿਹਾ ਜੀ ਹੁਣ ਤਾਂ ਮੈਂ ਇੱਥੇ ਹੀ ਹਾਂ। ਕਹਿੰਦੇ ਮੈਂ ਤੈਨੂੰ ਨੰਬਰ ਮੈਨੂੰ ਦੇ, ਅਤੇ ਮੇਰੇ ਕੋਲ ਤੇਰਾ ਪੁਰਾਣਾ ਐਡਮਿੰਟਨ ਦਾ ਨੰਬਰ ਹੈ। ਉਹਨੇ ਮੈਨੂੰ ਆਪਣੇ ਨੰਬਰ ਤੋਂ ਕਾਲ ਕੀਤੀ, ਮੈਂ ਬਾਈ ਚਾਂਸ ਸੇਵ ਨਹੀਂ ਕੀਤਾ, ਮੈਨੂੰ ਪਤਾ ਸੀ ਕਿ ਐਡਮਿੰਟਨ ਦਾ ਨੰਬਰ 780 ਤੋਂ ਸ਼ੁਰੂ ਹੁੰਦਾ। ਭਾਜੀ ਦੀ ਸਵੇਰੇ ਮੈਨੂੰ ਕਾਲ ਆ ਗਈ ਅਤੇ ਕਹਿੰਦੇ ਕਿੱਦਾਂ ਛੋਟੇ ਵੀ? ਮੈਂ ਕਿਹਾ ਜੀ ਠੀਕ ਹੈ। ਕਹਿੰਦੇ ਪਛਾਣਿਆ ਮੈਨੂੰ? ਮੈਂ ਕਿਹਾ ਹਾਂਜੀ ਹਾਂਜੀ, ਆਪਾਂ ਰਾਤ ਮਿਲੇ ਸੀਗੇ। ਕਹਿੰਦੇ ਨਹੀਂ ਫਿਰ ਜਰਾ ਹੋਰ ਦਿਮਾਗ 'ਤੇ ਜ਼ੋਰ ਦੇ। ਅੱਛਾ, ਦੂਜੀ ਵਾਰ ਮੈਂ ਕਿਹਾ ਸਿੱਧੂ ਭਾਜੀ? ਕਹਿੰਦੇ ਹਾਂ, ਬੜੀ ਜਲਦੀ ਪਛਾਣਿਆ। ਮੈਂ ਕਿਹਾ ਭਾਜੀ ਤੁਹਾਡੀ ਜਿਹੜੀ ਆਵਾਜ਼ ਹੈ ਉਹ ਹਰ ਬੰਦੇ ਨੂੰ ਮਤਲਬ ਕਈ ਵਾਰ ਗਾਣਿਆਂ 'ਚ ਤਾਂ ਹਰ ਬੰਦਾ ਪਛਾਣਦਾ, ਲੇਕਿਨ ਫੋਨ 'ਤੇ ਪਛਾਣੀ ਹੈ ਤਾਂ ਔਖੀ ਹੈ, ਬਟ ਮੇਰੇ ਰਿਸਪੈਕਟਡ ਆ। ਮੈਂ ਮੈਮਰੀ ਝੱਟ ਚੱਲ ਗਈ ਕਿ ਭਾਜੀ ਦਾ ਫੋਨ ਹੈ। ਬਿਲਕੁਲ ਜੀ, ਅਤੇ ਬਹੁਤ ਹੀ ਜ਼ਿਆਦਾ ਚੰਗਾ ਲੱਗਿਆ ਅੱਜ ਆਪਣੇ ਛੋਟੇ ਵੀਰ ਨਾਲ ਗੱਲਾਂ ਬਾਤਾਂ ਹੋਈਆਂ, ਪੁਰਾਣੀਆਂ ਗੱਲਾਂ ਬਾਤਾਂ, ਪੁਰਾਣੀਆਂ ਯਾਦਾਂ, ਮਿਊਜ਼ਿਕ ਇੰਡਸਟਰੀ ਦੇ ਲੋਕਾਂ ਦੀਆਂ ਯਾਦਾਂ, ਸਮੇਂ ਦੀਆਂ ਯਾਦਾਂ, ਅੱਜ ਦੇ ਸਮੇਂ ਦੀ ਯਾਦ, ਤੇ ਬਹੁਤ ਚੰਗਾ ਲੱਗਾ। ਤੇ ਮੇਰਾ ਵੀਰ ਸੁਰੀਲਾ ਮਿੱਤਰ ਰੁੱਸੇ ਹੋਏ ਮਨਾਏ, ਹਾਂ ਇਹ ਵੀ ਅਸੀਂ ਅੱਜ ਕੰਮ ਕੀਤਾ, ਕਿਉਂਕਿ ਅੱਛਾ ਮੈਂ ਇੱਕ ਗੱਲ ਕਹਿਣੀ ਚਾਹੂੰਗਾ, ਤੂੰ ਪਈ ਆਪਦੀ ਫੋਟੋ ਲਿਆਉਣ ਦੇ ਚੱਕਰ 'ਚ ਨਾ ਪਿੱਛੇ ਰੱਖੇ ਨੂੰ ਮਾੜਾ ਸਾਡੀ ਗੱਲ ਪੂਰੀ ਹੋਣ ਦੇ, ਇਹ ਬੰਦੇ ਨੂੰ ਆਪਦਾ ਲਾਲਚ ਪਿਆ ਖੜਾ, ਤੂੰ ਹੁਣ ਕਲਾਕਾਰ ਨਹੀਂ ਪਹਿਲਾਂ ਕਲਾਕਾਰ ਹੁੰਦਾ ਸੀਗਾ। ਮੇਰੀ ਆਦਤ ਹੈ ਵੈਸੇ ਅੱਜ ਦੀ ਨਛੱਤਰ ਭਾਜੀ, ਪਤਾ ਕੀ ਲੋਕਾਂ ਦੀ ਆਦਤ ਹੈ ਕਿ 25-30 ਸਾਲ ਪੁਰਾਣੀ ਦੋਸਤੀ ਇੱਕ ਨਿੱਕੇ ਜਿਹੇ ਕਿਸੇ ਗੱਲ ਦੇ ਵਿੱਚ, ਕਿਸੇ ਕੋਈ ਬੰਦਾ ਐਸਾ ਵਿੱਚ ਸ਼ੁਰਲੀ ਦੀ ਆ ਗਈ, ਉਹਨੇ ਐਸੀ ਸ਼ੁਰਲੀ ਛੱਡੀ ਯਾਰੀ 25 ਸਾਲ ਦੀ ਜਿਹੜੀ ਖਤਮ ਕਰਤੀ, ਤੇ ਵਿੱਚ ਜਿਹੜੇ ਯਾਰ ਦੋਸਤ ਹੁੰਦੇ ਉਹਨਾਂ ਨੂੰ ਪਤਾ ਵੀ ਹੁੰਦਾ ਵੀ ਇਹਨਾਂ ਦੀ ਯਾਰੀ ਬਹੁਤ ਪੱਕੀ ਸੀ ਯਾਰ, ਮੈਂ ਮਾੜੀ ਜਿਹੀ ਗੱਲ ਤੋਂ ਕੋਈ ਨਾਰਾਜ਼ਗੀ ਹੋ ਗਈ ਤੇ ਉਹ ਬੰਦਾ ਕੋਸ਼ਿਸ਼ ਹੀ ਨਹੀਂ ਕਰਦਾ, ਪਰ ਮੈਂ ਕਹਿ ਸਕਦਾ ਦਾਅਵੇ ਨਾਲ ਵੀ ਮੈਂ ਉਹ ਬੰਦਾ, ਜਦਕਿ ਮੇਰਾ ਉਹਨਾਂ ਦੀ ਦੋਸਤੀ 'ਚ ਕੋਈ ਬਹੁਤਾ ਵੱਡਾ ਯੋਗਦਾਨ ਨਹੀਂ ਹੈ ਜਾਂ ਮੇਰੀ ਕੋਈ ਬਾਹਲੀ ਇਨਵਾਲਵਮੈਂਟ ਨਹੀਂ ਹੈ, ਪਰ ਮੈਨੂੰ ਜਦੋਂ ਪਤਾ ਲੱਗਦਾ ਨਾ ਤੇ ਮੈਂ ਕੋਸ਼ਿਸ਼ ਕਰਦਾ ਨਾ ਉਹਨਾਂ ਨੂੰ ਬਗਾਏ ਬਗਾਏ ਫੋਨ ਕਰਕੇ ਵੀ ਯਾਰ ਇੰਨੀ ਪਿਆਰੀ ਸੱਚੀ ਤੁਹਾਡੀ ਦੋਸਤੀ ਸੀ ਤੇ ਮਾੜੀ ਜਿਹੀ ਗੱਲ ਦੀ ਖਾਤਰ ਤੁਸੀਂ ਨਾ ਤੋੜੋ ਯਾਰ, ਇੱਕ ਦੂਜੇ ਨਾਲ ਗੱਲਬਾਤ ਕਰੋ ਭਰਾਵੋ, ਅੱਜ ਦੇ ਜਿਹੜੇ ਰਿਸ਼ਤੇ ਹੈ ਨਾ
ਉਹ ਰਿਸ਼ਤੇ ਜਿਹੜੇ ਸੱਚੇ ਨਹੀਂ ਬਣਦੇ ਉਹ ਸਵਾਰਥੀ ਰਿਸ਼ਤੇ ਆ ਪਰ ਜਿਹੜੀ 25 ਸਾਲ ਪੁਰਾਣੀ ਦੋਸਤੀ ਹੈ ਹੈਨਾ ਉਹ ਅੱਜ ਤੱਕ ਕੋਈ ਮਾੜੀ ਮੋਟੀ ਗੱਲਬਾਤ ਆ ਸਕਦੀ ਹੈ ਤੇ ਅੱਜ ਆਪਾਂ ਚੰਗਾ ਕੰਮ ਕੀਤਾ ਨਾ ਬਹੁਤ ਵਧੀਆ ਕੀਤਾ ਇੱਕ ਦੋਸਤ ਜਿਹੜੇ ਸੀਗੇ 25-30 ਸਾਲ ਪੁਰਾਣੇ ਦੋਸਤ ਐਵੇਂ ਮਾੜੀ ਮੋਟੀ ਗੱਲਬਾਤ ਸੀ ਅਸੀਂ ਉਹਨਾਂ ਨੂੰ ਬੁਲਾ ਤਾਂ ਨਾਂ ਨਹੀਂ ਲੈਣਾ ਉਹਨਾਂ ਦਾ ਉਹ ਸਮਝ ਲੈਣਗੇ ਸਿੱਧੂ ਭਾਜੀ ਅਸੀਂ ਹੈਗੇ ਆ 2-3 ਦਿਨ ਇੱਥੇ ਇਹ ਲਾਈਵ ਜਾ ਰਿਹਾ ਨਾ ਨਹੀਂ ਅੱਛਾ ਜਦੋਂ ਵੀ ਪਾਉਣਾ ਮੈਨੂੰ ਲੱਗਦਾ ਤੁਹਾਨੂੰ ਅੱਜ ਹੀ ਪਾਉਣਾ ਪੈਣਾ ਕਿ ਸਿੱਧੂ ਭਾਜੀ ਅਜੇ 30 ਤਰੀਕ ਤੱਕ ਹੈਗੇ ਆ ਅਰਸ਼ ਭਾਜੀ ਨਾਲ ਹੀ ਨੇ ਨੰਬਰ ਵੀ ਤੁਹਾਨੂੰ ਛੱਡ ਦਿੰਦੇ ਜਦੋਂ ਕਿਸੇ ਨੇ ਵੀ ਸੰਪਰਕ ਕਰਨਾ ਜਾਂ ਭਾਜੀ ਨਾਲ ਗੱਲਬਾਤ ਕਰਨੀ ਹੈ ਤੇ ਤੁਸੀਂ ਅਰਸ਼ ਸਾਹਿਬ ਵਾਲੇ ਨੰਬਰ ਅੱਛਾ ਇੱਕ ਕੰਮ ਕਰੋ ਹੁਣ ਬਾਈ ਲੋਕ ਸੁਣ ਰਹੇ ਨੇ ਇਹ ਬੜੀ ਦੂਰ ਤੱਕ ਸਾਡਾ ਵੀਡੀਓ ਜਾਣਾ ਹੈ ਤੇ ਆਪਾਂ ਇਕੱਠੇ ਵੀ ਹੋਏ ਆ ਤੇ ਕਿ ਯਾਦ ਜੀ ਬਣਾ ਦਿਓ ਤਾਰਿਆਂ ਦੀ ਲੋਏ ਥੋੜਾ ਗਾਣਾ ਸੁਣਾ ਦਿਓ ਮੈਂ ਤੇ ਨਾਲ ਕੋਰਸ ਬੋਲੂੰਗਾ ਮੈਂ ਕੋਰਸ ਬੋਲੂੰਗਾ ਸਾਡਾ ਵੱਡਾ ਪਰ ਮੈਂ ਤੁਹਾਨੂੰ ਸਾਹਮਣੇ ਵੈਸੇ ਮੈਨੂੰ ਇਹਨਾਂ ਨੇ ਕਿਹਾ ਵੀ ਕਲਾਕਾਰ ਹੁਣ ਨਹੀਂ ਹੈਗਾ ਮੈਂ ਵੀ ਜਰੂਰ ਗਾਉਂਗਾ ਨਾਲ ਅੱਛਾ ਕੋਰਸ ਤੂੰ ਕੋਰਸ ਗਾਏ ਨਾਲ ਨਾ ਬਿਲਕੁਲ ਬਾਈ ਗਾਉਣਗੇ ਆਪਾਂ ਤੁਹਾਨੂੰ ਨਾਲ ਗਾਉਣਗੇ ਤਾਰਿਆਂ ਦੀ ਲੋਏ ਮੇਰੀ ਜਾਨ ਆਪਾਂ ਦੋਏ ਕਦੇ ਇਕੱਠੇ ਨਹੀਂ ਉਹ ਹੋਏ ਕਿੰਨਾ ਚਿਰ ਹੋ ਗਿਆ ਤਾਰਿਆਂ ਦੀ ਲੋਏ ਮੇਰੀ ਜਾਨ ਆਪਾਂ ਦੋਏ ਓਏ ਕਦੇ ਇਕੱਠੇ ਕਿਉਂ ਨਹੀਂ ਹੋਏ ਕਿੰਨਾ ਚਿਰ ਹੋ ਗਿਆ ਤਾਰਿਆਂ ਦੀ ਲੋਏ ਪਿਆਰ ਦੀਆਂ ਬਾਤਾਂ ਨੀ ਉਹ ਸਾਡੇ ਲਈ ਸੌਗਾਤਾਂ ਕਦੇ ਆਈਆਂ ਨਾ ਰਾਤਾਂ ਕਿੰਨਾ ਚਿਰ ਹੋ ਗਿਆ ਤਾਰਿਆਂ ਦੀ ਲੋਏ ਮੇਰੀ ਜਾਨ ਆਪਾਂ ਦੋਏ ਕਦੇ ਇਕੱਠੇ ਨਹੀਂ ਹੋਏ ਨਹੀਂ ਹੁਣ ਇਕੱਠੇ ਅਸੀਂ ਹੋਏ ਡੇਢ ਘੰਟਾ ਹੋ ਗਿਆ ਕਿਆ ਬਾਤ ਹੈ ਬਹੁਤ ਮਿਹਰਬਾਨੀ ਭਾਜੀ ਥੈਂਕ ਯੂ ਸੋ ਮਚ ਅੱਜ ਭਾਗ ਲਾਤੇ ਤੁਸੀਂ ਮੇਰੇ ਵੇੜੇ ਪਰਮਾਤਮਾ ਪਾ ਕੇ ਚੜ੍ਹਦੀ ਕਲਾ ਚ ਰੱਖੇ ਸਾਰੀ ਮਿਊਜ਼ਿਕ ਇੰਡਸਟਰੀ ਨੂੰ ਸਾਰੇ ਪੰਜਾਬੀਆਂ ਨੂੰ ਤੇ ਏਦਾਂ ਦੇ ਸੁਰੀਲੇ ਵੀਰਾਂ ਨੂੰ ਤੇ ਏਦਾਂ ਦਾ ਵੀਰ ਸਾਡਾ ਅਰਸ਼ ਜਿਹੜਾ ਇਹ ਮਿਲਾਉਂਦਾ ਹੈਨਾ ਸਾਰੇ ਟੁੱਟੇ ਹੋਏ ਦੋਸਤਾਂ ਨੂੰ ਮਿਲਾਉਂਦਾ ਤੇ ਬਹੁਤ ਥੈਂਕ ਯੂ ਬਹੁਤ ਮਿਹਰਬਾਨੀ ਜੀ ਜ਼ਰੂਰ ਜੀ 3 ਦਿਨ ਇੱਥੇ ਹੈ ਤੁਹਾਡੇ ਸਰੀ ਵੈਨਕੂਵਰ ਦੇ ਵਿੱਚ ਉਸ ਤੋਂ ਬਾਅਦ ਫਿਰ ਇੰਗਲੈਂਡ 'ਚ ਮਿਲਦੇ ਹੈ ਥੈਂਕ ਯੂ ਵੈਰੀ ਮੱਚ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਜੀ ਤੇ ਵੀਡੀਓ ਦੇਖ ਕੇ ਜ਼ਰੂਰ ਕਮੈਂਟ ਕਰਿਓ ਜ਼ਰੂਰ ਕਾਲ ਕਰਿਓ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਜੀ ਥੈਂਕ ਯੂ ਵੈਰੀ ਮੱਚ ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ ਜਿਵੇਂ ਗਠੀਆ ਸਰਵਾਈਕਲ ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ ਇੱਥੋਂ ਤੱਕ ਕਿ ਬਲੋਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਵਜ਼ਨ ਘਟਾਓ ਤੇ ਖੁਸ਼ ਹੋ ਜਾਓ ਫ੍ਰੀ ਰਿਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ ਫ੍ਰੀ ਰਿਲੀਫ ਪਾਵਰ ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ ਕਬਜ਼ ਹਰ ਚੂਰਨ ਨੂੰ ਅਪਣਾਓ ਅਤੇ ਕਬਜ਼ ਤੋਂ ਛੁਟਕਾਰਾ ਪਾਓ ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087 ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087